तो 1980 ਦੇ ਵਿੱਚ ਅਮਰਿੰਦਰ ਸਿੰਘ ਨੇ ਮੈਨੂੰ ਫਾਈਂਡ ਕੀਤਾ ਔਰ ਮੈਨੂੰ ਆਪਦੇ ਘਰ ਬੁਲਾਇਆ। ਘਰ ਬੁਲਾ ਕੇ ਕਹਿੰਦਾ ਕੈਪਟਨ ਚੰਨਣ ਸਿੰਘ, ਕੈਪਟਨ ਸਾਹਿਬ ਮੇਰੀ ਮਦਦ ਕਰੋ, ਮੈਂ ਘਨੌਰ ਦੇ ਵਿੱਚੋਂ ਹਮੇਸ਼ਾ 30-35 ਹਜ਼ਾਰ ਵੋਟਾਂ ਨਾਲ ਹਾਰ ਜਾਂਦਾ। ਹੁਣ ਤੁਸੀਂ ਕਹੋ ਕਿ ਅਸੀਂ 91 ਚ ਮੈਂ ਮਾਨ ਦਾ ਸੈਕਟਰੀ ਜਨਰਲ ਸੀਗਾ ਔਰ 88 ਚ ਮਾਨ ਅਕਾਲੀ ਦਲ ਮੈਂ ਬਣਾਇਆ ਸੀ, ਮਾਨ ਨੇ ਨਹੀਂ ਬਣਾਇਆ। ਮੈਂ ਕਿਹਾ ਵੀ ਬਾਬਾ ਜਗਿੰਦਰ ਸਿੰਘ ਨੂੰ ਮੈਂ ਜਾਣਾ, ਮੈਂ ਉਹਨਾਂ ਨੂੰ ਮਨਾ ਲਾਂਗਾ, ਸਾਡੇ ਸਿੱਧੂ ਭਰਾ ਨੇ ਤੇ ਮੈਂ ਭਾਈ ਜਸਵੀਰ ਸਿੰਘ ਨੂੰ ਜਾਣਦਾ ਤੇ ਮੈਂ ਉਹਨਾਂ ਨੂੰ ਮਨਾਉਣਾ। ਮੈਂ ਉੱਥੋਂ ਡੋਡੇ ਚਲਾ ਗਿਆ, ਡੋਡੇ ਜਾ ਕੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤੇ ਥੋੜ੍ਹਾ ਜਿਹਾ ਆਖਦੇ ਸੀ ਆਪਣਾ ਕੈਪਟਨ ਹਰਜਨ ਸਿੰਘ ਡੋਡੇ ਤੇ ਮੈਂ ਕਿਹਾ ਜੇ ਮਾਨ ਸਾਹਿਬ ਨੇ ਟਿਕਟਾਂ ਲਿਖ ਕੇ ਆਪਦੀ ਭੈਣ ਨੂੰ ਦਿੱਤੀਆਂ ਤੁਹਾਡੇ ਥੱਪੜ ਰੁੱਲ ਜਾਣੇ ਆ। ਤੁਸੀਂ ਜਿਵੇਂ ਸ਼ੁਰੂਆਤ ਗੱਲ ਕੀਤੀ ਕੈਪਟਨ ਸਾਹਿਬ ਨੇ ਤੁਹਾਨੂੰ ਬੁਲਾ ਕੇ ਇਹ ਗੱਲ ਕਹੀ ਕਿ ਤੁਹਾਡੀ ਮਦਦ ਕਰੋ ਤੁਸੀਂ ਉਹਨਾਂ ਦੀ, ਤੇ ਉਹਨਾਂ ਨਾਲ ਫਿਰ ਤੋੜ ਵਿਛੋੜਾ ਕਿਵੇਂ ਹੋ ਗਿਆ? ਅਸੀਂ ਉਦੋਂ ਯੂਥ ਹੀ ਸੀ, 32-34 ਸਾਲ ਦੇ, ਅਸੀਂ ਆਪਦੇ ਆਪ ਨੂੰ ਯੂਥ ਵਿੰਗ ਹੀ ਸਮਝਦੇ ਸੀ ਤੇ ਅਸੀਂ ਬੜੇ ਔਖੇ ਹੋਏ ਸਾਰੇ 15-20 ਜਿਹੜੇ ਅਮਰਿੰਦਰ ਨਾਲ ਸੀ ਤੇ ਅਸੀਂ ਕਹੇ ਤਾਂ ਬੜ ਮਾੜਾ ਕੀਤਾ ਤੁਸੀਂ, ਅਸੀਂ ਤਾਂ ਕਿਹਾ ਉਹ ਛੁੱਟ ਕੇ ਆ ਜਾਏਗਾ ਬਾਹਰ, ਇਹ ਚਾਹੁੰਦੇ ਨਹੀਂ ਸੀ ਉਹਨੂੰ ਛੱਡਿਆ ਜਾਵੇ ਕੋਈ ਵੀ। ਸਿੱਧੂ ਸਾਹਿਬ ਹੁਣ ਜਿਹੜੀ ਤੁਸੀਂ ਪਾਰਟੀ ਬਣਾਈ ਆ ਤੁਹਾਡੇ ਕੋਲ 6 ਮਹੀਨੇ ਆ, 6 ਮਹੀਨੇ 'ਚ ਪਾਰਟੀ ਨੂੰ ਸਟੈਂਡ ਕਰਨ ਲਈ ਕੀ ਸਟ੍ਰੈਟਜੀ ਬਣਾਈ ਆ? ਲੋਕਾਂ ਤੱਕ ਤਾਂ ਤੁਹਾਨੂੰ ਬਹੁਤ ਪਹਿਲਾਂ ਜਾਣਾ ਨਹੀਂ ਸੀ ਚਾਹੀਦਾ? ਅਸੀਂ ਸ਼ਰਾਬ ਮਾਫੀਆ ਖਤਮ ਕਰਨਾ ਜੀ, ਅਸੀਂ ਟ੍ਰਾਂਸਪੋਰਟ ਮਾਫੀਆ ਖਤਮ ਕਰਨਾ ਜੀ, ਅਸੀਂ ਰੇਤਾ ਬਜਰੀ ਮਾਫੀਆ ਖਤਮ ਕਰਨਾ। ਐਸਐਸਪੀਆਂ ਦੇ 1000 ਕਰੋੜ ਰੁਪਏ ਲੱਗੇ ਹੋਏ ਨੇ ਉੱਥੇ ਪੋਲੀਟੀਸ਼ੀਅਨਾਂ ਦੇ ਨਾਲ, ਇਹ ਹੀ ਕਲੋਨੀਆਂ ਕੱਟ ਰਹੇ ਨੇ ਸਾਰੀਆਂ, ਇਹਨਾਂ ਨੂੰ ਦੱਸੋ ਵੀ ਇੰਨਾ ਪੈਸਾ ਇਹਨਾਂ ਕੋਲ ਕਿੱਥੋਂ ਆਇਆ? ਇਹ ਗੱਲ ਤਾਂ ਕੈਪਟਨ ਸਰਕਾਰ ਵੀ ਕਹਿ ਕੇ ਆਏ ਸੀ, ਪਹਿਲਾਂ ਵੀ ਸੁਖਬੀਰ ਬਾਦਲ ਹੋਣੀ ਵੀ ਕਹਿੰਦੇ ਸੀ, ਜਿਨ੍ਹਾਂ ਲੋਕਾਂ ਨੂੰ ਬਾਰੇ ਤੁਸੀਂ ਕਹਿ ਰਹੇ ਹੋ ਕਿ ਲੋਕ ਮਾਫੀਏ 'ਚ ਸ਼ਾਮਿਲ ਨੇ, ਜੇ ਤੁਹਾਡੀ ਸਰਕਾਰ ਬਣਦੀ ਉਹ ਤਾਂ ਤੁਹਾਡੇ ਅਫਸਰ ਹੋਣਗੇ ਥੱਲੇ ਕੰਮ ਕਰਨ ਵਾਲੇ, DGP ਹੋਣਗੇ, SSP, IG, AGP ਹੋਣਗੇ, ਉਹਨਾਂ ਉਹ ਤਾਂ ਹੁਣ ਵੀ ਸਰਕਾਰ ਨੂੰ ਕਹਿੰਦੇ ਵੀ ਸਰਕਾਰ ਤਾਂ ਅਫਸਰਸ਼ਾਹੀ ਚਲਾ ਰਹੀ ਹੈ। ਜਿਉਂ-ਜਿਉਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਸ ਦੇ ਪ੍ਰਤੀ ਲੋਕਾਂ ਦਾ ਤਾਂ ਰੁਝਾਨ ਜੋ ਹੈ ਅਤੇ ਚਿੰਤਾਵਾਂ ਉਹ ਤਾਂ ਦੇਖਣ ਨੂੰ ਮਿਲ ਰਹੀਆਂ ਨੇ, ਪਰ ਰਾਜਨੀਤਿਕ ਤੌਰ 'ਤੇ ਬੜੇ ਵੱਡੇ ਪੱਧਰ ਦੇ ਉੱਤੇ ਤਬਦੀਲੀਆਂ, ਦਲ ਬਦਲੀਆਂ, ਇੱਧਰ ਉੱਧਰ ਸਭ ਕੁਝ ਹੋ ਰਿਹਾ। ਸੋ ਅੱਜ ਦੇ ਇਸ ਪ੍ਰੋਗਰਾਮ ਬੈਠਕ ਵਿਦ ਅਮਰਜੀਤ ਵੜੈਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ ਅੱਜ ਅਸੀਂ ਤੁਹਾਡੀ ਮੁਲਾਕਾਤ ਇਸ ਵਿੱਚ ਕਰਵਾ ਰਹੇ ਹਾਂ ਕੈਪਟਨ ਚੰਨਣ ਸਿੰਘ ਸਿੱਧੂ ਹੋਣਾਂ ਨਾਲ, ਜੋ ਕਿ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਨੇ। ਇਹ ਹਾਲ ਹੀ ਵਿੱਚ ਇਹ ਪਾਰਟੀ ਬਣੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਪਾਰਟੀ ਬਣ ਚੁੱਕੀ ਹੋਈ ਹੈ, ਪੰਜਾਬ ਲੋਕ ਅਧਿਕਾਰ ਪਾਰਟੀ, ਇਸ ਤਰ੍ਹਾਂ ਦੀ ਨਾਮ ਹੈ ਉਹਦਾ, ਲੋਕ ਅਧਿਕਾਰ ਪਾਰਟੀ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਣੀਆਂ ਨੇ, ਕਿਉਂਕਿ ਰਵਾਇਤੀ ਪਾਰਟੀਆਂ ਆਪਣੇ ਪੱਧਰ ਦੇ ਉੱਤੇ ਉਹ ਲੱਗੀਆਂ ਹੋਈਆਂ ਨੇ ਕਿ ਤੋੜ ਭੰਨ ਕਰਨੀ ਹੈ, ਕਿਵੇਂ ਵੋਟਰਾਂ ਨੂੰ ਵਰਗਲਾਉਣਾ। ਲੇਕਿਨ ਜੋ ਪੰਜਾਬ ਦਾ ਵੋਟਰ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਕੁਝ ਨਾ ਕੁਝ ਤਬਦੀਲੀ ਭਰ ਰਿਹਾ, ਕਿਉਂਕਿ ਉਹਨੇ ਬਹੁਤ ਕੁਝ ਵੇਖ ਲਿਆ ਹੋਇਆ। ਸੋ ਇਸ ਤਬਦੀਲੀ ਦਾ ਫਾਇਦਾ ਉਠਾਉਣ ਲਈ ਜਾਂ ਕੁਝ ਨਵਾਂ ਦੇਣ ਲਈ ਕੁਝ ਨਵੇਂ ਖਿਡਾਰੀ ਵੀ ਅੱਗੇ ਆ ਰਹੇ ਨੇ। ਸੋ ਇਹ ਨਵੀਂ ਪਾਰਟੀ ਇੱਕ ਆਈ ਹੈ, ਇਹਨਾਂ ਨੇ ਪਾਰਟੀ ਪਿਛਲੇ ਸਾਲ ਬਣਾਈ ਸੀ, ਜੋ ਕਿ ਸ਼ੇਰੇ ਪੰਜਾਬ ਕਿਸਾਨ ਵਿਕਾਸ ਪਾਰਟੀ ਦੇ ਨਾਂ 'ਤੇ ਸੀ, ਉਹਦਾ ਨਾਂ ਬਦਲ ਕੇ ਇਸ ਵਾਰ ਇਹਨਾਂ ਨੇ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਰੱਖਿਆ। ਸੋ ਸਿੱਧੂ ਸਾਹਿਬ, ਅਸੀਂ ਤੁਹਾਨੂੰ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪਹਿਲਾਂ ਜੀਆਂ ਕਹਿੰਦੇ ਹਾਂ ਔਰ ਪਾਰਟੀ ਬਣਾਉਣ ਲਈ ਮੁਬਾਰਕਾਂ ਦਿੰਦੇ ਹਾਂ। ਵਿਰਾਜ ਸਾਹਿਬ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ, ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਿੱਧੂ ਸਾਹਿਬ ਬਾਰੇ ਦੱਸ ਦਿਆਂ ਕਿ ਸਿੱਧੂ ਸਾਹਿਬ ਦੀ ਉਮਰ ਇਸ ਵਕਤ 77 ਸਾਲ ਹੈ, ਸਾਬਕਾ ਫੌਜੀ ਨੇ, 1970 ਦੇ ਵਿੱਚ ਤਿੱਬਤ ਵਾਲੇ ਬਾਰਡਰ ਦੇ ਉੱਤੇ ਕਿਸੇ ਮਸ਼ਕ ਦੇ ਦੌਰਾਨ ਪੂਰੀ ਜਦੋਂ ਯੂਨਿਟ ਜਾ ਰਹੀ ਸੀ ਤਾਂ ਉਸ ਵਕਤ ਪਹਾੜ ਡਿੱਗ ਪਿਆ ਔਰ ਉਹਦੇ ਵਿੱਚ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ, ਫੌਜੀ ਸ਼ਹੀਦ ਹੋਏ। ਸਿੱਧੂ ਸਾਹਿਬ ਦੀ ਸੱਜੀ ਬਾਂਹ ਦੇ ਉੱਤੇ ਪਹਾੜ ਵੱਜਿਆ ਔਰ ਬਾਂਹ ਕੱਟੀ ਗਈ। ਫੌਜੀ ਦੇ ਵਿੱਚ ਹਿੰਮਤ ਬੜੀ ਹੁੰਦੀ ਹੈ ਔਰ ਇਹ ਹਿੰਮਤ ਹੀ ਹੈ ਕਿ ਉਸ ਤੋਂ ਬਾਅਦ ਹੁਣ ਸਮਾਜ ਦੇ ਵਿੱਚ ਆਪਣੇ ਆਪ ਨੂੰ ਵਿੱਚ ਵਿਚਾਰ ਰਹੇ ਨੇ। ਲੱਤ 'ਤੇ ਵੀ ਸੱਟ ਵੱਜੀ ਸੀ ਇਹਨਾਂ ਦੇ ਬਹੁਤ ਸਖਤ, ਪਰ ਲੱਤ ਇਹਨਾਂ ਦੀ ਠੀਕ ਹੋ ਗਈ ਹੈ। ਪਟਿਆਲੇ ਦੇ ਨੇੜੇ ਪਿੰਡ ਹੈ ਘਨੌਰ, ਉੱਥੋਂ ਦੇ ਰਹਿਣ ਵਾਲੇ ਨੇ
ते हुण सियासत दे विच आ रहे ने, इन्हां दे नाल होर भी बहुत सारे लोग जुड़े ने। सिद्धू साहब, सब तो पहला तो असीं ये जानना चाहवांगे तुहाडे तों कि तुहानूं सियासत विच आउण दी की लोड़ पै गई, और दूसरा ये पार्टी जिहड़ी बनाई है इहदा की एजेंडा है तुहाडा? विनय साहब, सियासत दे विच तां मैं 1980 च ही आ गया सी जी। 1978 च मैं मैडिकल ग्राउंड ते मैं आर्मी ते छड के आ गया सी। तो 1980 दे विच अमरिंदर सिंह ने मैनू फाइंड किया और मैनू आपदे घर बुलाया। घर बुला के कहता कैप्टन चन्नन सिंह, कैप्टन साहब मेरी मदद करो, मैं घनौर दे विचों हमेशा 30-35 हज़ार वोटां नाल हार जाना। जिन्नी मैं पटियाले तो लीड लैंदा उह मेरी घनौर तो खत्म हो जांदी है। उत्थे जसदेव सिंह संधू सीगा, उह लगातार 9 दफा MLA जितया जी। मेरे मामा जी सी, उह मदर दे कजन सीगे, ते सारे साडे लोहरीए, साडे 35 पिंड जिहड़े ने उह सरपंच साडे लोहरीए सीगे जी। ते इस करके असीं सारे कट्टर अकाली सीगे क्योंकि असीं पाकिस्तान तों आए सी ते अकालियां दे नाल जुड़े हुए सी जी। ही कॉल्ड मी एंड ही रिक्वेस्टेड मी कि मैं इन्हां दी मदद करां, ते मैं इन्हां नूं इह कहा कि मैं बई सारिआं नूं बुला लैण दिओ मैनूं, क्योंकि असीं थल्ले वाली वोट ते उपर वाली वोट कहिंदे हुंदे सी उस जमाने च, ते असीं बई तुहाडी मदद कर सकदे नहीं कर सकदे, मैं आपे ही तुहानूं दस्सदा। तां मैं सारे सरपंच जिन्ने साडे लोहरीए सी मैं आपे उत्थे फार्म ते बुलाए कतलार पिंड च जी, ते असीं इह सलाह कीती कि जिहड़ी उपरली वोट है पार्लियामेंट दी, उह आपां अमरिंदर सिंह नूं पा सकदे हां, क्योंकि इहनां दा साडे ते इक बहुत वड्डा आसान सी। महाराजा यादविंदर सिंह हैलीकॉप्टर लैके साढ़े 32 चक च 13 पिंड सिद्धुआं दे सीगे जी। ते इहनूं इहनां नूं पता सी वी साडी बरादरी उत्थे गई। जदों महाराज तों पटियाले नूं आए असीं 12 नूं चले गए, ਇਹ ਉੱਥੇ ਉਤਰੇ ਤੇ ਇਹਨਾਂ ਨੇ ਕਿਹਾ ਵੀ ਚਲੋ ਸਾਰੇ ਪਟਿਆਲੇ ਆ ਜਾਓ, ਤੇ ਉਹ ਕਹਿੰਦੇ ਅਸੀਂ ਤਾਂ ਇੱਥੋਂ ਜਾਣਾ ਹੀ ਨਹੀਂ, ਸਾਨੂੰ ਇੱਥੋਂ ਕੌਣ ਉਠਾ ਸਕਦਾ, ਅਸੀਂ 20 ਹਜ਼ਾਰ ਬੰਦਾ ਦਾ 5-7 ਹਜ਼ਾਰ ਸਾਡੇ ਕੋਲ ਰਹਿ ਪਾਉਂਦੇ। ਕਹਿੰਦਾ ਨਹੀਂ ਨਹੀਂ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਤੁਹਾਨੂੰ ਆਉਣਾ ਹੀ ਪੈਣਾ। ਉਹਨਾਂ ਨੇ ਸਾਨੂੰ ਇੱਕ JCO ਤੇ 6 ਸਿਪਾਹੀ ਦਿੱਤੇ, ਇੱਕ ਸੈਕਸ਼ਨ ਜਿਹੜੀ ਫੌਜ ਦੀ ਦਿੱਤੀ ਵੀ ਇਹ ਤੁਹਾਨੂੰ ਇਹਨਾਂ ਨੂੰ 7 ਘੋੜੇ ਦੇ ਦਿਓ, ਇਹ ਤੁਹਾਨੂੰ ਪਟਿਆਲੇ ਲੈ ਕੇ ਆਉਣਗੇ। ਤੋ ਵੀ ਕੇਮ ਟੂ ਪਟਿਆਲਾ ਜੀ। ਰਾਜਪੁਰੇ ਸਾਡਾ ਕੈਂਪ ਲੱਗਿਆ, ਅਸੀਂ 6 ਮਹੀਨੇ ਕੈਂਪਾਂ 'ਚ ਲਏ। ਬਾਅਦ 'ਚ ਉਹਨਾਂ ਕਿਹਾ ਜਿੰਨੇ 'ਚ ਕਿੱਕਰ ਕੁੱਕਰ ਪੱਟ ਕੇ ਜ਼ਮੀਨਾਂ 'ਚ ਪੁਣਾ ਪੌੜੀਆਂ 'ਚ ਵਾਹ ਲਓ, ਫਿਰ ਸੱਜ ਟਾਈਮ ਉਹਨਾਂ ਨੇ ਸਾਨੂੰ ਫੀਡ ਕੀਤਾ। ਤੇ ਮੈਂ ਕਿਹਾ ਤੁਹਾਡਾ ਇਹ ਸਾਡੇ ਤੇ ਆਸਾਨ ਹੈ? ਕਹਿੰਦਾ ਮੈਨੂੰ ਤਾਂ ਡੈਡੀ ਨੇ ਕਦੇ ਦੱਸਿਆ ਹੀ ਨਹੀਂ। ਤੇ ਫਿਰ ਅਸੀਂ ਇਕੱਠ ਕਰਕੇ ਤੇ ਅਸੀਂ ਫੈਸਲਾ ਕੀਤਾ ਕਿ ਆਪਾਂ ਇਹਨਾਂ ਦਾ ਸਾਨ ਲਾ ਦਈਏ ਤੇ ਆਪਾਂ ਇਹਨਾਂ ਨੂੰ ਵੋਟ ਪਾਵਾਂਗੇ। ਤੇ ਮੈਂ ਇਹਨਾਂ ਨੂੰ 4680 ਵੋਟਾਂ ਦੀ ਲੀਡ ਲੈ ਕੇ ਦਿੱਤੀ ਘਨੌਰ ਬਲਾਕ ਚੋਂ, ਜਿੱਥੇ 35 ਹਜ਼ਾਰ ਤੇ ਡਾਊਨ ਹੁੰਦੇ ਜੀ। ਸਿਆਸਤ ਮੇਰੀ ਉੱਥੋਂ ਤੋਂ ਸ਼ੁਰੂ ਹੋ ਚੁੱਕੀ ਸੀ ਜੀ। ਲੇਕਿਨ ਹੁਣ ਤੁਸੀਂ ਕਹੋ ਕਿ ਅਸੀਂ 91 ਚ ਮੈਂ ਮਾਨ ਦਾ ਸੈਕਟਰੀ ਜਨਰਲ ਸੀਗਾ ਔਰ 88 ਚ ਮਾਨ ਅਕਾਲੀ ਦਲ ਮੈਂ ਬਣਾਇਆ ਸੀ, ਮਾਨ ਨੇ ਨਹੀਂ ਬਣਾਇਆ। ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਇੰਟਰਨੈਸ਼ਨਲ ਹੋਟਲ 'ਚ 12 ਨੰਬਰ ਸ਼ੋਰੂਮ 'ਚ ਆਫਿਸ ਖੋਲਿਆ ਸੀ। ਉੱਥੇ ਅਜੇ ਤੱਕ ਵੀ ਸਿਮਰਨਜੀਤ ਮਾਨ ਅਕਾਲੀ ਦਲ ਦਾ ਬੋਰਡ ਫਿੱਕਾ ਫਿੱਕਾ ਲੱਗਿਆ ਜੀ। ਉੱਥੋਂ ਮੈਂ ਸਟੈਨੋ ਰੱਖਿਆ, ਸਾਈਕਲੋਸਟਾਈਲਿੰਗ ਮਸ਼ੀਨ ਰੱਖੀ ਔਰ ਅਸੀਂ ਉੱਥੇ ਫਾਰਮ ਸਾਈਕਲੋਸਟਾਈਲ ਕਰ ਕਰਕੇ ਤੇ ਗੋਲਡਨ ਟੈਂਪਲ ਅੱਗੇ ਖੜੇ ਹੋ ਜਾਂਦੇ ਤੇ ਹਜ਼ਾਰਾਂ ਬੰਦਿਆਂ ਦੇ ਲੱਖਾਂ ਦੇ ਅਸੀਂ ਸਾਈਨ ਕਰਵਾਏ ਇਹਨੂੰ ਰਿਲੀਜ਼ ਵਾਸਤੇ। ਜਿਹੜਾ 10 ਲੱਖ ਫਾਰਮ ਕੁਛ ਬਾਬਾ ਜੋਗਿੰਦਰ ਸਿੰਘ ਨੇ ਭੇਜਿਆ, ਬਾਕੀ ਅਸੀਂ ਭੇਜੇ ਜਿਹੜੇ ਪ੍ਰੈਜੀਡੈਂਟ ਨੂੰ ਪੇਸ਼ ਕੀਤੇ। ਉੱਥੋਂ ਅਸੀਂ ਚੱਲਦੇ 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 89 ਦੇ ਵਿੱਚ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਅਨਾਊਂਸ ਹੋਈਆਂ, ਅਸੀਂ ਚਰਨਜੀਤ ਵਾਲੀਆ ਦੇ ਘਰੇ ਬੈਠੇ ਸੀ। ਆਪਣਾ ਮੈਂ ਸੀ, ਗੁਰਤੇਜ ਸੀ IAS, ਤੇ ਆਪਣਾ ਛੋਟੇਪੁਰ ਸੀਗਾ ਤੇ ਵਾਲੀਆ ਸੀ, ਤੇ ਆਪਣੇ ਉਹ ਓਲਡ ਲੀਡਰ ਹੁੰਦੇ ਸੀ ਉੱਥੋਂ ਦੇ, ਆਪਣੇ ਕਪੂਰਥਲੇ ਦੇ ਜੀ, ਨਾਮ ਉਹਨਾਂ ਦਾ ਮੈਨੂੰ ਭੁੱਲ ਗਿਆ। ਤੇ ਅਸੀਂ ਸਾਰੇ ਅਜੇ ਇਕੱਠੇ ਬੈਠੇ ਸੀ, ਸਲਾਹ ਮਸ਼ਵਰਾ ਚੱਲ ਰਿਹਾ ਸੀ ਵੀ ਉਸੇ ਦਿਨ ਉਸੇ ਘੰਟੇ 'ਚ ਇਲੈਕਸ਼ਨਾਂ ਅਨਾਊਂਸ ਹੋ ਗਈਆਂ। ਇਲੈਕਸ਼ਨਾਂ ਅਨਾਊਂਸ ਹੋ ਗਈਆਂ ਤੇ ਉਹ ਕਹਿੰਦੇ ਬਾਬਾ ਜੋਗਿੰਦਰ ਸਿੰਘ ਸੈਪਰੇਟ ਪਾਰਟੀ ਬਣਾਈ ਫਿਰਦਾ, ਆਪਾਂ ਸੈਪਰੇਟ ਹਾਂ ਸਾਰੇ। ਆਤਮਾ ਸਿੰਘ ਸੀ ਮੈਨੂੰ ਨਾਂ ਯਾਦ ਆ ਗਿਆ ਜੀ ਜੀ। ਤੇ ਅਸੀਂ ਮੈਂ ਕਿਹਾ ਵੀ ਬਾਬਾ ਜੋਗਿੰਦਰ ਸਿੰਘ ਨੂੰ ਮੈਂ ਜਾਣਾ, ਮੈਂ ਉਹਨਾਂ ਨੂੰ ਮਨਾ ਲਾਂਗਾ, ਸਾਡੇ ਸਿੱਧੂ ਭਰਾ ਨੇ ਤੇ ਮੈਂ ਭਾਈ ਜਸਵੀਰ ਸਿੰਘ ਨੂੰ ਜਾਣਦਾ ਤੇ ਮੈਂ ਉਹਨਾਂ ਨੂੰ ਮਨਾਉਣਾ। ਮੈਂ ਉੱਥੋਂ ਰੋਡੇ ਚਲਾ ਗਿਆ, ਰੋਡੇ ਜਾ ਕੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤੇ ਥੋੜ੍ਹਾ ਜਿਹਾ ਆਖਣਦੇ ਸੀ ਆਪਣਾ ਕੈਪਟਨ ਹਰਚਰਨ ਸਿੰਘ ਰੋਡੇ, ਤੇ ਮੈਂ ਕਿਹਾ ਜੇ ਮਾਨ ਸਾਹਿਬ ਨੇ ਟਿਕਟਾਂ ਲਿਖ ਕੇ ਆਪਦੀ ਭੈਣ ਨੂੰ ਦਿੱਤੀਆਂ ਤੁਹਾਡੇ ਤੱਪਰ ਰੁੱਲ ਜਾਣੇ ਆ, ਤੁਸੀਂ ਕਿਹੜੀ ਦੁਨੀਆਂ 'ਚ ਫਿਰਦੇ? ਚੁੱਪ ਕਰ ਗਿਆ ਜੇ, ਦੱਸੋ ਕਿੰਨੀਆਂ ਸੀਟਾਂ ਜਿਹੜੀਆਂ ਨਾ ਸਾਡੇ ਕੋਲ ਬੰਦੇ ਤੇ ਨਾ ਤੁਹਾਡੇ ਕੋਲ ਬੰਦੇ ਨੇ ਜੀ, ਤੇ ਰੌਲਾ ਆਪਣਾ ਕਰਦਾ। ਤੇ ਉਹ ਕਹਿੰਦੇ ਜਸਵੀਰ ਸਿੰਘ, ਭਾਈ ਜਸਵੀਰ ਸਿੰਘ ਸਿਆਣਾ ਸੀ, ਉਹ ਕਹਿੰਦੇ ਬਿਲਕੁਲ ਠੀਕ ਆ, ਚਲੋ ਬੁਲਾਓ ਭੈਣ ਜੀ ਨੂੰ ਕੱਲ੍ਹ ਨੂੰ ਜਲੰਧਰ 11 ਵਜੇ ਪ੍ਰੈਸ ਕਾਨਫਰੰਸ ਰੱਖੀਏ, ਟਿਕਟਾਂ ਅਨਾਊਂਸ ਕਰੀਏ। ਮੈਂ ਰਾਤ ਨੂੰ 2 ਵਜੇ ਵਾਪਸ ਆਇਆ ਤੇ ਆਈ ਟੋਲ ਦਲਜੀਤ ਕੌਰ ਜੀ, ਮੈਂ ਕਿਹਾ ਭੈਣ ਜੀ ਚਲੋ ਸਵੇਰੇ ਆਪਾਂ ਜਾਣਾ, ਕਹਿੰਦੀ ਮੈਂ ਗੁਰਤੇਜ ਨੂੰ ਨਾਲ ਲੈ ਲਾ, ਮੈਂ ਕਿਹਾ ਜਿਹਨੂੰ ਮਰਜ਼ੀ ਲੈ ਲਓ। ਅਸੀਂ ਉੱਥੇ ਪਹੁੰਚੇ, ਬਾਬਾ ਜੀ ਨਾਲ 2 ਘੰਟੇ ਮੀਟਿੰਗ ਹੋਈ ਤੇ ਸਾਡੇ ਕੋਲ ਕੈਂਡੀਡੇਟ ਤਾਂ ਕੋਈ ਸੀਗਾ ਹੀ ਨਹੀਂ ਜੀ, ਸਾਨੂੰ ਤਾਂ ਲੱਭਣੇ ਪਏ। ਤੇ ਗੁਰਦਾਸਪੁਰ ਛੋਟੇਪੁਰ ਨੂੰ ਕਿਹਾ ਲੜੋ, ਕਹਿੰਦਾ ਮੈਂ ਲੜਨੀ, ਹੋਰ ਕਿਸੇ ਨੂੰ ਕਿਹਾ, ਕਹਿੰਦਾ ਉੱਥੇ ਹਿੰਦੂ ਵੋਟ ਹੈ, ਸਾਰੀ ਸਿੱਖ ਵੋਟ ਹੀ ਨਹੀਂ ਹੈਗੀ, ਮੈਂ ਲੜਨੀ। ਤੇ ਮੈਂ ਕਿਹਾ ਚਲੋ, ਮੈਂ ਉੱਥੇ ਸਟਾਫ ਕੈਪਟਨ ਰਿਹਾ ਸਬ ਏਰੀਆ ਪਠਾਨਕੋਟ 5 ਸਾਲ,
ਤੇ ਮੈਂ ਕਿਉਂਕਿ ਮੈਂ ਘੱਤਾ ਦੀ ਲੜਾਈ 'ਚ ਵੀ ਉੱਥੇ ਸੀਗਾ ਜੀ ਆਪਣਾ ਹਵਾਈ ਅੱਡੇ ਜੀ ਤੇ ਮੈਂ ਕਿਹਾ ਚਲੋ ਮੈਂ ਲੜ ਲਵਾਂਗਾ ਉਹ ਚਲੋ ਫੈਸਲਾ ਹੋ ਗਿਆ ਜੀ ਸਾਰੀਆਂ ਟਿਕਟਾਂ ਅਸੀਂ ਉੱਥੇ ਡਿਕਲੇਅਰ ਕਰਤੀਆਂ ਡਿਕਲੇਅਰ ਕਰਕੇ ਤੇ ਇਹ ਕੰਮ ਜਿਹੜਾ ਸੀ ਉਹ ਚਾਲੂ ਹੋ ਗਿਆ ਬਾਕੀ ਜਿਹੜਾ ਰਿਜ਼ਲਟ ਆਇਆ ਮਾਨ ਤਾਂ 89 'ਚ ਇਹਨੂੰ ਤਰਨ ਤਾਰਨ ਤੋਂ ਖੜਾ ਕੀਤਾ ਕਿ ਇਹਦੇ ਫਾਦਰ ਕਹਿੰਦੇ ਉਹਨਾਂ ਨੇ ਮੈਨੂੰ ਆਪਣਾ ਬੇਟਾ ਅਡੋਪਟ ਕਰ ਲਿਆ ਕਹਿੰਦੇ ਤੂੰ ਮਾਨ ਨੂੰ ਤਰਨ ਤਾਰਨ ਤੋਂ ਲੜਾਉਣਾ ਆਪਾਂ ਨੇ ਇਹਨੂੰ ਉੱਥੋਂ ਨਹੀਂ ਲੜਾਉਣਾ ਫਰੀਦਕੋਟ ਤੋਂ ਬਾਬਾ ਜਗਿੰਦਰ ਸਿੰਘ ਉਹਨੂੰ ਫਰੀਦਕੋਟ ਤੋਂ ਲੜਾਉਣਾ ਚਾਹੁੰਦਾ ਹਾਂ ਬਿਲਕੁਲ ਉੱਥੋਂ ਮਾਨ ਸਾਹਿਬ ਬੜੀ ਰਿਕਾਰਡ ਲੀਡ ਨਾਲ ਜਿੱਤੇ ਸੀ ਉਸ ਉਹਨਾਂ ਚੋਣਾਂ ਦੇ ਵਿੱਚ ਉਹ ਜਿਹਾ ਕਦੇ ਰਿਕਾਰਡ ਰਿਹਾ ਸਿੱਧੂ ਸਾਹਿਬ ਤੁਸੀਂ ਜਿਵੇਂ ਸ਼ੁਰੂਆਤ ਗੱਲ ਕੀਤੀ ਕੈਪਟਨ ਸਾਹਿਬ ਨੇ ਤੁਹਾਨੂੰ ਬੁਲਾ ਕੇ ਇਹ ਗੱਲ ਕਹੀ ਕਿ ਤੁਹਾਡੀ ਮਦਦ ਕਰੋ ਤੁਸੀਂ ਉਹਨਾਂ ਦੀ ਤੇ ਉਹਨਾਂ ਨਾਲ ਫਿਰ ਤੋੜ ਵਿਛੋੜਾ ਕਿਵੇਂ ਹੋ ਗਿਆ ਉਹ ਤੋੜ ਵਿਛੋੜ ਐ ਹੋਇਆ ਜੀ ਕਿ 8 ਸਾਲ ਮੈਂ ਉਹਨਾਂ ਦੇ ਨਾਲ ਹੀ ਰਿਹਾ ਉਹਨਾਂ ਨੇ ਦੇਖੋ ਮੈਨੂੰ ਉਹਨਾਂ ਨੇ ਗੈਸ ਏਜੰਸੀ ਵੀ ਲੈ ਕੇ ਦਿੱਤੀ ਅੰਮ੍ਰਿਤਸਰ ਦੇ ਵਿੱਚ ਜੀ ਤੋੜ ਵਿਛੋੜਾ ਨੇ ਭਰਾਵਾਂ ਦਾ ਪਿਆਰ ਸੀ ਜਦੋਂ 85 ਚ ਉਹਦੀ ਲੜਕੀ ਦਾ ਮੈਰਿਜ ਹੋਈ ਜੈਇੰਦਰ ਦੀ ਤਾਂ ਸਾਰਾ ਬੰਦੋਬਸਤ ਮੈਂ ਕੀਤਾ ਸੀ ਮਹਾਰਾਜਾ ਤਾਂ ਐਜ ਏ ਗੈਸਟ ਬਣ ਕੇ ਆਇਆ ਸੀ ਮੈਂ ਤੇ ਮਹਾਰਾਣੀ ਸਾਹਿਬ ਨੇ ਸਾਰਾ ਬੰਦੋਬਸਤ ਕੀਤਾ ਸੀਗਾ ਕੈਟਰ ਵੀ ਮੈਂ ਲਿਆਂਦਾ ਪਾਲੀ ਟੂ ਪਾਲੀ ਕੈਟਰ ਦਾ ਬੜਾ ਇੱਥੇ ਬੜਾ ਮਸ਼ਹੂਰ ਜੀ ਇਹਨੂੰ ਮੈਂ ਕੈਟਿੰਗ ਦਿੱਤੀ ਤੇ ਸਿੰਧਾ ਡਰਾਈ ਫਰੂਟ ਆਇਆ ਉਹ ਸਾਰਾ ਅੰਮ੍ਰਿਤਸਰ ਤੋਂ ਆਇਆ ਗੱਡੀਆਂ ਦੀਆਂ ਗੱਡੀਆਂ ਮਤਲਬ ਟੋਟਲ ਜਿਹੜਾ ਸੀਗਾ ਬੰਦੋਬਸਤ ਮੇਰਾ ਹੀ ਸੀਗਾ ਤੇ ਭਰਾਵਾਂ ਲਗੇ ਪਿਆਰ ਸੀ ਤੇ ਇੱਥੋਂ ਤੱਕ ਕਿ 2002 'ਚ ਇਹਨੂੰ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਮੇਰੀ ਵਾਈਫ ਸੋਨੀਆ ਤੋਂ ਬਣਵਾ ਕੇ ਲਿਆਈ ਮੇਰੀ ਵਾਈਫ ਕ੍ਰਿਸ਼ਨ ਹੈ ਸ਼ੀ ਲੁਕਡ ਆਫਟਰ ਮੀ ਇਨ ਦਾ ਹਸਪੀਟਲ ਐਂਡ ਆਈ ਮੈਰਿਡ ਆ ਔਰ ਸਾਲ ਮੈਂ ਇੱਕ ਹਸਪੀਟਲ 'ਚ ਰਿਹਾ 1 ਸਾਲ ਔਰ 8 ਮਹੀਨਿਆਂ ਬਾਅਦ ਮੈਂ ਉੱਠ ਕੇ ਬੈਠਾ ਸੀ 8.5 ਮਹੀਨਿਆਂ ਬਾਅਦ ਤੇ ਉਹ ਕੀ ਹੋਇਆ ਕਿ ਮੈਨੂੰ ਮਹਾਰਾਜ ਸਾਹਿਬ ਦਾ ਫੋਨ ਆਇਆ ਕਿ ਚੰਦਨ ਬੜੀਆਂ ਡੈਪੂਟੇਸ਼ਨ ਲੈ ਕੇ ਜਗਮੀਤ ਬਰਾੜ ਜਾ ਰਿਹਾ ਤੇ ਤੂੰ ਯੂਨੀਵਰਸਿਟੀ ਚੋਂ ਟੀਚਰ ਨਾਨ ਟੀਚਰ ਯੂਨੀਅਨ ਦੀ ਡੈਪੂਟੇਸ਼ਨ ਲੈ ਕੇ ਸੋਨੀਆ ਨੂੰ ਮਿਲ ਮੇਰਾ ਸਾਰਾ ਸੀ ਹਿੰਦੁਸਤਾਨ ਦਾ ਬਿਸ਼ਪ ਦਿੱਲੀ ਸੋਨੀਆ ਗਾਂਧੀ ਉਹਦੇ ਪੈਰੀਆਂ ਥਲਾਉਂਦੀ ਸੀ ਜੀ ਤੇ ਮੈਂ ਕਿਹਾ ਵੀ ਮੈਨੂੰ ਕਿ ਜੋ ਡੈਪੂਟੇਸ਼ਨ ਜਾਂਦੀ ਮੈਂ ਵਾਈਫ ਨੂੰ ਲੈ ਕੇ ਜਾਣਾ ਤੇ ਬਿਸ਼ਪ ਸਾਹਿਬ ਨੂੰ ਭੇਜ ਕੇ ਤੇ ਤੁਹਾਨੂੰ ਆਪਾਂ ਪ੍ਰਧਾਨ ਬਣਾ ਦਾਂਗੇ 100% ਸੋਨੀਆ ਨਾ ਹੀ ਨਿਕਲ ਸਕਦੀ ਉਹਨਾਂ ਨੂੰ ਜੀ ਬਿਸ਼ਪ ਸਾਹਿਬ ਨੇ ਮਾਰਗਰੇਟ ਐਲਵਾ ਤੇ ਆਸਕਰ ਫਰਨਾਂਡਸ ਨੂੰ ਘਰ ਬੁਲਾ ਲਿਆ ਬੁਲਾ ਕੇ ਤੇ ਆਪ ਚਿੱਠੀ ਲਿਖ ਦਿੱਤੀ ਤੇ ਵਾਈਫ ਨੂੰ ਭੇਜਤਾ ਉਹਨਾਂ ਨਾਲ ਕਿ ਜਾਓ ਉਹਨੂੰ ਕੋ ਉਹਨੂੰ ਪ੍ਰਧਾਨ ਬਣਾਏ ਤੇ ਮੈਂ ਲਿਖ ਕੇ ਦੇਤਾ ਸੀ ਵਾਈਫ ਨੂੰ ਤੂੰ ਆ ਬੋਲਣਾ ਸਾਰਾ ਤੇ ਇਹ ਬੋਲ ਕੇ ਤੇ ਉਹ ਕਹਿੰਦੇ ਯੈਸ ਟੈਲ ਬਿਸ਼ਪ ਆਮ ਗੋਇੰਗ ਟੂ ਮੇਕ ਹਿਮ ਮੈਂ ਬਾਹਰ ਖੜਾ ਸੀ ਸੋਨੀਆ ਦੇ ਘਰ ਦੇ ਜੀ ਇਹ ਮਾਲਜਾ ਮਾਂਗ ਤੇ ਆਪਦੀ ਮੰਮੀ ਦੇ ਘਰ ਬੈਠਾ ਸੀ ਅਮਰਿੰਦਰ ਸਿੰਘ ਵੇਟਿੰਗ ਫਾਰ ਜੀ ਮੈਂ ਉੱਥੋਂ ਗੱਡੀ ਭਜਾਈ ਮੈਂ ਜਾ ਕੇ ਕਿਹਾ ਕਿ ਮੁਬਾਰਕਾਂ ਸਰ ਤੁਹਾਨੂੰ ਪ੍ਰਧਾਨ ਬਣਾਤਾ ਉਸ ਵੇਲੇ 2 ਕੁਇੰਟਲ ਲੱਡੂ ਵੰਡਣੇ ਸ਼ੁਰੂ ਹੋ ਗਏ ਡਰਾਮੇ ਹੋ ਗਏ ਸਾਰੇ ਜੀ ਜੀ ਪਰ ਫਿਰ ਕਹਿੰਦੇ ਕਿ ਅੱਜ ਤੋਂ ਲੈ ਕੇ ਜੀ ਅੱਜ ਤੋਂ ਲੈ ਕੇ ਤੂੰ ਮੇਰਾ ਫੈਮਿਲੀ ਮੈਂਬਰ ਹੈ ਪਹਿਲਾਂ ਤੂੰ ਮੇਰਾ ਦੋਸਤ ਸੀਗਾ ਹਾਂਜੀ ਹਾਂਜੀ ਤੋੜ ਵਿਛੋੜਾ ਇਸ ਕਰਕੇ ਹੋਇਆ ਕਿ ਜਦੋਂ ਮਾਨ ਨੂੰ 1 ਵੋਟ ਨਾਲ ਰਾਜਿਆ ਸਭਾ ਦੀ ਸੀਟ ਤੋਂ ਹਰਾ ਦਿੱਤਾ ਜੀ ਬਰਨਾਲੇ ਦੀ ਸਰਕਾਰ ਨੇ ਜੀ ਜਿਹਦੇ ਵਿੱਚ ਅਮਰਿੰਦਰ ਸਿੰਘ ਵੀ ਮਿਨਿਸਟਰ ਸੀਗਾ ਅਸੀਂ ਉਦੋਂ ਯੂਥ ਹੀ ਸੀ 32-34 ਸਾਲ ਦੇ ਅਸੀਂ ਆਪਦੇ ਆਪ ਨੂੰ ਯੂਥ ਵਿੰਗ ਹੀ ਸਮਝਦੇ ਸੀ ਜੀ ਤੇ ਅਸੀਂ ਬੜੇ ਔਖੇ ਹੋਏ ਸਾਰੇ ਜੀ 15-20 ਜਿਹੜੇ ਅਮਰਿੰਦਰ ਨਾਲ ਸੀ ਤੇ ਅਸੀਂ ਕਹੇ ਤਾਂ ਬੜ ਮਾੜਾ ਕੀਤਾ ਤੁਸੀਂ ਅਸੀਂ ਤਾਂ ਕਿਹਾ ਉਹ ਛੁੱਟ ਕੇ ਆ ਜਾਏਗਾ ਬਾਹਰ ਇਹ ਚਾਹੁੰਦੇ ਨਹੀਂ ਸੀ ਉਹਨੂੰ ਛੱਡਿਆ ਜਾਵੇ ਕੋਈ ਵੀ ਤੇ ਅਸੀਂ ਨਾਰਕੰਡਾ ਚਲੇ ਗਏ ਮਹਾਰਾਜ ਸਾਹਿਬ ਨੂੰ ਮਿਲਣ ਮੈਂ ਸੀ ਡਾਕਟਰ ਨਾਰੰਗ ਸੀ ਸੁਰਜੀਤ ਸਿੰਘ ਨਾਰੰਗ ਹੈਡ ਆਫ ਡਿਪਾਰਟਮੈਂਟ ਰਿਟਾਇਰ ਹੋਏ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੋਲੀਟੀਕਲ ਸਾਇੰਸ ਤੋਂ ਜੀ ਤੇ ਡਾਕਟਰ ਗਰੇਵਾਲ ਸੀ ਮੇਰੇ ਨਾਲ ਜਿਨ੍ਹਾਂ ਨੇ ਭਾਈ ਅਮਰੀਕ ਸਿੰਘ ਦਾ ਪੋਸਟਮਾਰਟਮ ਕੀਤਾ ਉਹ ਸੀਐਮਓ ਆਫਿਸ ਡਾਕਟਰ ਹੁੰਦਾ ਸੀ ਉਦੋਂ ਜੀ ਤੇ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦਾ ਜਿਹੜਾ ਪੋਸਟਮਾਸਟਰ ਡਾਕਟਰ ਸ਼ਰਮਾ ਨੇ ਦਵਿੰਦਰ ਸ਼ਰਮਾ ਨੇ ਕੀਤਾ ਸੀ ਇਹ ਮੈਨੂੰ ਕਾਪੀਆਂ ਸ਼ਾਮ ਨੂੰ ਲਿਆ ਕੇ ਦੇ ਦਿੱਤੀਆਂ ਸੀ ਡਾਕਟਰ ਗਰੇਵਾਲ ਤੋਂ ਅਸੀਂ ਤਿੰਨੇ ਨਾਰਕੰਡੇ ਚਲੇ ਗਏ ਮਹਾਰਾਜ ਸਾਹਿਬ ਨੂੰ ਮਿਲਣੇ ਆਪਾਂ ਸਮਝਾਉਂਦੇ ਮਹਾਰਾਜ ਸਾਹਿਬ ਨੂੰ ਅਸੀਂ ਉੱਥੇ 2 ਦਿਨ ਰਹੇ ਸਰਕਟ ਹਾਊਸ ਛੱਡ ਜਾਂਦੇ ਨੇ ਅਕੋਮੋਡੇਸ਼ਨ ਬੁੱਕ ਕੀਤੀ ਸੀ ਤੇ ਇਹ ਕੰਡਿਆਲੀ ਇਹਨਾਂ ਦਾ ਫਾਰਮ ਹਾਊਸ ਹੈ ਉੱਥੇ ਸੀਗੇ ਜੀ ਉੱਥੇ ਆਪਣਾ ਵਿਆਸ ਆਇਆ ਸੀ ਡੀਏਵੀ ਕਾਲਜ ਦਾ ਜਿਹੜਾ ਸਕੂਲ ਦਾ ਚੇਅਰਮੈਨ ਹੈ ਇੰਡੀਆ ਦਾ ਉੱਥੇ ਕਾਲੋ ਸਾਹਿਬ ਵੀ ਸੀਗੇ ਉੱਥੇ ਸਾਰੇ ਸੀਗੇ ਤੇ ਅਸੀਂ ਇਹਨਾਂ ਨੂੰ ਸਮਝਾਇਆ ਕਹਿੰਦਾ ਚੰਨਨ ਯੂ ਨੋ ਹਿਮ ਮੈਂ ਕਿਹਾ ਨਹੀਂ ਮੈਂ ਤਾਂ ਨਹੀਂ ਮਿਲਿਆ ਕਹਿੰਦਾ ਆਈ ਕੈਨ ਨੈਵਰ ਐਕਸੈਪਟ ਐਮ ਐਜ਼ ਅ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਜੀ ਜੀ ਉਹ ਲਹਿਰ ਬੜੀ ਬਣ ਚੁੱਕੀ ਸੀ ਕਿਉਂਕਿ ਮੈਂ ਮਾਨ ਵਾਸਤੇ ਆਲਰੇਡੀ ਕੰਮ ਕਰ ਰਿਹਾ ਸੀ ਤੇ ਮੈਂ ਕਿਹਾ ਜੀ ਉਹ ਫਨੋਮਨਾ ਬਣ ਚੁੱਕਿਆ ਉਹਨੇ ਪਾਵਰ ਚ ਆਣਾ ਹੀ ਆਣਾ ਹੈ ਆ ਬਿਹਤਰ ਹੈ ਜੇ ਮਾੜਾ ਹੋਏਗਾ ਤਾਂ ਆਪਾਂ ਵਿਦਨ ਲਾ ਦੇਵਾਂਗੇ ਕਹਿੰਦਾ ਨੋ ਆਈ ਵਿਲ ਨੈਵਰ ਐਕਸੈਪਟ ਐਮ ਐਜ਼ ਅ ਪ੍ਰੈਜ਼ੀਡੈਂਟ ਅੱਛਾ ਜੀ ਉਦੋਂ ਫਤਿਹ ਬੁਲਾ ਕੇ ਨੂੰ ਆ ਗਏ ਇਹ ਸਾਡਾ ਵਿਛੋੜਾ ਐ ਹੋਇਆ ਮਾਨ ਦੇ ਨਾਲ ਭਾਵਕ ਹੋ ਗਿਆ ਜੀ ਜੀ ਸਿੱਧੂ ਸਾਹਿਬ ਹੁਣ ਜਿਹੜੀ ਤੁਸੀਂ ਪਾਰਟੀ ਬਣਾਈ ਆ ਤੁਹਾਡੇ ਕੋਲੇ 6 ਮਹੀਨੇ ਆ 6 ਮਹੀਨੇ 'ਚ ਪਾਰਟੀ ਨੂੰ ਸਟੈਂਡ ਕਰਨ ਲਈ ਕੀ ਸਟ੍ਰੈਟਜੀ ਬਣਾਈ ਆ ਲੋਕਾਂ ਤੱਕ ਤਾਂ ਤੁਹਾਨੂੰ ਬਹੁਤ ਪਹਿਲਾਂ ਜਾਣਾ ਨਹੀਂ ਸੀ ਚਾਹੀਦਾ ਔਰ ਕੌਣ ਕੌਣ ਲੋਕ ਨੇ ਤੁਹਾਡੇ ਨਾਲ ਇਸ ਵਕਤ ਅਸੀਂ 6 ਮਹੀਨਿਆਂ ਦੇ ਲੋਕਾਂ 'ਚ ਫਿਰ ਰਹੇ ਹਾਂ ਜੀ ਪਹਿਲੀ ਗੱਲ ਤਾਂ ਹੈ ਕਿ ਮੈਂ ਜੰਤਰ ਮੰਤਰ ਤੋਂ ਸਾਰੇ ਪੰਜਾਬ ਦੇ ਫੌਜੀਆਂ ਦਾ ਇੰਚਾਰਜ ਹਾਂ ਇਲੈਕਸ਼ਨ ਇੰਚਾਰਜ ਡਿਕਲੇਅਰ ਕੀਤਾ ਜਨਰਲ ਸਤਬੀਰ ਸਿੰਘ ਨੇ ਪਿਛਲੀ 2017 ਦੀ ਇਲੈਕਸ਼ਨ ਦੇ ਵਿੱਚ ਜੀ ਤੇ 4.5 ਲੱਖ ਰਿਟਾਇਰਡ ਫੌਜੀ ਨੇ 80,000 ਸਾਡੀਆਂ ਵਿਡੋਜ਼ ਨੇ ਔਰ ਸਰਵਿੰਗ ਜਿਹੜੇ 3 ਲੱਖ ਨੇ ਉਹ ਵੀ ਸਾਡੇ ਹੀ ਬੱਚੇ ਨੇ ਜੀ ਸਰਵਿੰਗ 3 ਲੱਖ ਫੌਜੀ ਵੀ ਸਾਡੇ ਹੀ ਬੱਚੇ ਨੇ ਤੇ ਸਾਡੇ ਕੋਲ 8 ਲੱਖ ਤਾਂ ਉਹ ਵੋਟ ਬੈਂਕ ਹੈ
जी और उस तो अलावा असी जेड़ा साडा विजन है जी पंजाब का, साडा विजन इज ऑल टुगेदर डिफरेंट। जी साडा विजन ये है कि जेड़े पांच माफिए पंजाब नू लुट के खा गए और पंजाब नू लुटा जा रहे। देखो तुहाडे कोल आमदन की है, सोर्स की है, एक तो जीएसटी है, जी एक तुहाडे कोले सेस है जेड़ा तुसी पेट्रोल ते डीजल। जी असी शराब माफिया खत्म करना है, जी असी ट्रांसपोर्ट माफिया खत्म करना है, जी असी रेता बजरी माफिया खत्म करना, जी असी जेड़ा तुहाडा केबल माफिया खत्म करना। ये जी सारे माफिया ही माफिया ने। असी पुलिस ते नेक्सस जेड़ा पुलिस दा ते पॉलिटिशियन दा, असी ये जी नेक्सस तोड़ना है, रिफॉर्म लेने पुलिस रिफॉर्म। सिद्धू और साहब जदों असी नेक्सस तोड़ांगे, देखो जी तुसी शायद तुहानू नहीं पता जिन्नियां वड्डियां वड्डियां कलोनियां कट्टियां जा रहियां ने, बटाले च लै लो, जलंधर च लै लो, एसएसपीआं दे हजारां करोड़ रुपये लगे हुए ने उत्थे पॉलिटिशियनां दे नाल। यही जी कलोनियां कट रहे हैं सारिया। इन्हों नू दसो भी इन्ना पैसा इन्हों कोल कितों आया, पर सिद्धू ते जलंधर साहब, जी कलोनियां कट रहे हैं, जिन्ना सिद्धू लैंड साहब माफिया जेड़ा जी, है। मेरी गल सुनो। ये गल तां कैप्टन सरकार भी कह के आए सी, पहला भी सुखबीर बादल होनी भी कहिंदे सी, जिन्हां लोकां नूं बारे तुसीं कह रहे हो कि लोक माफिए च शामिल ने, जे तुहाडी सरकार बणदी हो तां तुहाडे अफसर होणगे थल्ले काम करन वाले, डीजीपी होणगे, एसएसपी, आईजी, एजीपी होणगे, उन्हां ओह तां हुण वी सरकार नूं कहिंदे वी सरकार तां अफसरशाही चला रही है, उन्हां ते किवें नत्थ पाऊंगे? जिन्हें करप्ट अफसर होंगे ना जी, जी इक्के बैरक च पोस्ट करके कुर्सियां दे देंगे, उठे बिठा देंगे। मेरा नाम कैप्टन चंदन सिंह सिद्धू है, वाह, मैं अच्छा एडमिनिस्ट्रेशन रहा 5 साल, मैं स्टाफ कैप्टन रहा सब एरिया, कॉमजोन सब एरिया सारी, ले तो लैके पठानकोट तक फौज साडे अंडर कमांड रही है। सानू अच्छा पता है सिद्धू जे मन होवे ना साहब ते की कर सकते हैं। जी, असी जानना चाहवांगे कि तुहाडे कुछ मुद्दे है उन्हां ते तुहाडे जानना चाहवांगे, पर तुहाडे नाल पता लग्गा कि कुछ आईआरएस, आईएएस ऑफिसर्स भी हैगे है, उन्हां दा की रोल रहूगा? क्योंकि अफसरां बारे कहा जांदा, ब्यूरोक्रेसी बारे, कि ये जदों सीट ते बैठे हुंदे है तां उस वक्त ये राजनीति वालियां नूं घुमा के रखदे आ, ये गल कही जांदी है, इन्हां च होमे बड़ी हुंदी है। तुहानूं की लगदा है कि पार्टी नूं किवें सपोर्ट करनगे आगे? देखो जी कुछ तो उन्होंने जो जेड़े जिन्हें ने पंजाब वास्ते अपना सब कुछ वारिया है ना, उन्होंने अच्छे बंदे भी बड़े है, जी कुलबीर सिद्धू वर्गे, जी पन्नू साहब वर्गे, जी जिन्हें ने एडवाइजरी कैपेसिटी आना है वो एडवाइजरी कैपेसिटी होंगे, जिन्होंने एक्टिव पॉलिटिक्स करनी है दे आर मोस्ट वेलकम। सो ते दूजी गल ये है कि कान सिंह दूजी पन्नू गल भी ये है कि बॉस ते डिपेंड करता है, कान सिंह पन्नू होनी इदा भी आ रहे डिपेंड ने तुहाडे करता है। नाल? हाँ जी कान सिंह पन्नू होना दी तुसीं गल कीती है? हाँ जी हाँ जी, दे आर इन टच विद अस जी। जिन्हें आईएएस लॉबी मीटिंगा करती सी, फौजी आईएएस लॉबी, आईआरएस लॉबी, आईपीएस लॉबी, जिहड़ियां किसानां दे हक च मीटिंगा करदे सी, सारा ग्रुप साडे नाल है जी। जी, ते तुहाडे हाँ जी नाल दूसरियां पार्टियां दे भी कुछ बंदे आउण नूं तैयार ने? बिल्कुल, साडे नाल इन टच है, बहुजन समाज पार्टी दे बंदे इन टच है, कांग्रेस दे जेड़े एक्टिव वर्कर ने जिन्हां नूं अज तक इंसाफ नहीं मिलिया वो इन टच ने, जी अकाली दल दे जेड़े धक्के खांदे फिरदे ने, जेड़े नहीं करोड़ां रुपए सुट सकदे वो साडे नाल इन टच ने। जी साडे नाल बहुत लार्ज नंबर दे विच लोकी इन टच ने, ते 10-15 दिनां दे विच ही देखो तुसी किन्नी लेवल ते ज्वाइनिंग हुंदी है और किस लेवल ते साडी पार्टी पहुंचदी है। जी सिद्धू साहब, जिवें हुण वेख रहे हैं कि आम आदमी पार्टी दे एमएलए टुट के कांग्रेस विच चले गए, उधरों सुखपाल खहरा भी चले गए, तुहाडे नाल भी कोई सिटिंग एमएलए जां एमपी आउण नूं तैयार है? पहली गल तो यह जी कि असी सिटिंग एमएलए एमपी साडे नाल बड़े इन टच ने, असी किसी नूं टिकट नहीं देनी, जी असी क्योंकि ये सारे उसे चोर जुंडली का हिस्सा ने, ट्रेंड ट्रेंड ने पॉलिटिक्स वाले ने, ये जेडे पॉलिटिशियन ने जेडे ऑलरेडी ट्रेंड इन करप्शन। असी तो जटा के मुंडे फड़ लांगे, असी किरतियां के बच्चे फड़ लांगे, असी उन्हां नूं सांभ के, उन्हां नूं परोस के, उन्हां नूं बिल्कुल सैट करके के खड़े करांगे, लेकिन जी ये असी किसी नूं लैणा ना, ते वर्कर सिद्धू, सारे भावें आ जाए। जी सिद्धू साहब, जिवें अकाली दल ने पत्ता सुटिया सी कि असी दलित दे विचों डिप्टी सीएम बनावांगे, भारतीय जनता पार्टी ने नैले ते दहला कर दिया कि असी सीएम ही दलित तो बनावांगे, तुहानू की लगता है कि इस तरह की पॉलिटिक्स खेड के जितया जा सकता है? तुहाडा की इहदे ते की टिप्पणी है? देखो ये तो बेवकूफ ये समझे ने भी असि बड़े छात्र हाँ, असि बड़े तेज हाँ, साडा दिमाग साडे जेड़े सानू जेड़े पढ़ा के सानू लिख के जेड़े देंदे ने वो बड़े तेज ने, बाकी सारी दुनिया बेवकूफ है। आज दी डेट दे विच हर बच्चा बच्चा अवेयर हो चुका जी है कि डिप्टी सीएम जी की औकात होंगी, डिप्टी सीएम ना दी कोई चीज ही नहीं हैगी, ते बीजेपी नु पता सीट तो असि एक नहीं जितनी, सीट असि दो तीन तो वध जित नहीं सकते, ते डिप्टी सीएम तो बनाओगे जे 70 सीटां जितोगे 60, सीएम ते सीएम संघवीर जी बादल का भी यही हाल है।
जी ਜੇ 16 ਤੋਂ ਇਹ 9 ਦੇ ਨਾਂ ਆ ਜਾਣ ਤੇ ਮੇਰਾ ਨਾਮ ਹਟਾ ਦਿਓ। ਅੱਜ ਦੀ ਡੇਟ ਦੇ ਵਿੱਚ ਤੁਸੀਂ ਵੀ ਪੰਜਾਬ 'ਚ ਵੱਸਦੇ ਜੀ, ਆਪਾਂ ਵੀ ਪੰਜਾਬ 'ਚ ਵੱਸਦੇ ਹਾਂ, ਆਪਾਂ ਤਾਂ ਫੋਰਨ ਤੋਂ ਤਾਂ ਹੈ ਨਹੀਂ। ਜੀ ਅੱਜ ਦੀ ਡੇਟ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿਓ ਕਿ ਚੀਫ ਮਿਨਿਸਟਰੀ ਛੱਡ ਕੇ, ਗਨਮੈਨ ਜੇ ਛੱਡ ਕੇ, ਪਟਿਆਲੇ ਦੇ ਕਿਸੇ ਪਿੰਡ 'ਚ ਵੜ ਕੇ ਦਿਖਾ ਦਿਓ, ਤੈਨੂੰ ਸੀਐਮ ਬਣਾ ਦਿਆਂਗੇ ਅਸੀਂ ਕਿਸੇ ਪਿੰਡ 'ਚ ਵੜ ਕੇ ਦਿਖਾ ਦੇ ਕਿਸੇ 'ਚ। ਜੀ ਔਰ ਬਾਦਲ ਨੂੰ ਕਹੋ, ਸੁਖਬੀਰ ਬਾਦਲ ਨੂੰ ਆ ਗਨਮੈਨ 'ਚ ਪਾਸੇ ਕਰਕੇ ਤੂੰ ਵੜ ਕੇ ਦਿਖਾ ਦਿਓ। ਕੱਲ ਚੰਦੂ ਮਾਜਰੇ ਦਾ ਕੀ ਹਾਲ ਹੋਇਆ ਉੱਥੇ, ਉਹਦਾ ਕਮੋਹ ਦਾ ਕੀ ਹਾਲ ਹੋਇਆ ਰਾਜਪੁਰੇ, ਵੜਿੰਗ ਦਾ ਕੀ ਹਾਲ ਹੋਇਆ ਬਠਿੰਡੇ 'ਚ। ਇਹ ਸਮਝਦੇ ਨੇ ਲੋਕੀ ਬੇਵਕੂਫ ਨੇ, ਲੋਕੀ ਬਹੁਤ ਅਵੇਅਰ ਨੇ। ਤੁਸੀਂ ਪੰਜਾਬ ਲੁੱਟ ਕੇ ਚੱਟ ਕੇ ਖਾ ਜੇ, ਤੁਸੀਂ ਪੰਜਾਬ ਦੇ ਦਰਖਤਾਂ ਦੇ ਪੱਤੇ ਨਹੀਂ ਛੱਡੇ, ਤੁਸੀਂ ਫਿਰ ਸੀਐਮ ਬਣਨ ਨੂੰ ਫਿਰਦੇ ਜੇ। ਤੇ ਮੀਡੀਆ ਇਹਨਾਂ ਕੋਲ ਹੈ, ਪੈਸਾ ਲੱਖਾਂ ਟਨ ਇਹਨਾਂ ਕੋਲ ਹੈ, ਇਹ ਪੈਸਾ ਚੜਾ ਕੇ ਤੇ ਮੀਡੀਆ ਨੂੰ ਕਬਜ਼ੇ ਕਰਕੇ ਤੇ ਸਮਝਦੇ ਨੇ ਅਸੀਂ 1 ਲੱਖ ਦਫ਼ਾ ਝੂਠ ਬੋਲਾਂਗੇ ਤੇ ਲੋਕੀ ਸਾਡਾ ਸੱਚ ਮੰਨ ਜਾਣਗੇ। ਤੁਸੀਂ 1000 ਬੱਸਾਂ ਪਾ ਲਈਆਂ 10 ਸਾਲਾਂ 'ਚ, 80 ਬੱਸਾਂ ਤੋਂ 1000 ਬੱਸਾਂ ਕਰ ਲਈਆਂ, 1.5 ਕਰੋੜ ਦੀ ਇੱਕ ਬੱਸ ਹੈ। ਤੁਸੀਂ ਉੱਥੇ ਫਲਾਇੰਗ ਕਲੱਬ ਬਣਾਤਾ ਬਠਿੰਡੇ ਦੇ ਵਿੱਚ, 3 ਜਹਾਜ਼ 500-700 ਦੇ ਕਰੋੜ ਲੈ ਆਉਂਦੇ ਆ। ਮੇਰੇ ਫਾਰਮੋਲ ਦੇ ਨਾਲ ਇੱਕ 1200 ਕਰੋੜ ਦਾ ਹੋਟਲ ਬਣਾਇਆ ਹੋਇਆ। ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਦੀਆਂ ਗੁੜਗਾਉਂ ਪ੍ਰਾਪਰਟੀਆਂ ਨੇ ਫੋਰਨ 'ਚ, ਉਹ ਸਾਰੇ ਦੁਨੀਆ ਨੂੰ ਪਤਾ ਹੈ। ਤੇ ਤੁਸੀਂ ਇਹ ਬੇਵਕੂਫ ਬਣਾ ਕੇ ਸਾਡਾ ਹੀ ਪੈਸਾ ਲੁੱਟਿਆ ਨਾ ਸਾਰਾ। ਦੱਸੋ ਤੁਹਾਨੂੰ ਕਿੱਥੋਂ ਆਮਦਨ ਆਈ ਹੈ? ਤਾਂ ਅਮਰੀਕਾ ਤੋਂ ਜੇ ਲੈ ਕੇ ਇੱਥੇ ਲਾ ਜੇ ਤਾਂ ਦੱਸ ਦਿਓ। ਤੇ ਜੇ ਸਾਡਾ ਲੁੱਟ ਕੇ ਲੈ ਗਏ ਜੇ ਪੈਸਾ, ਆ ਤੁਸੀਂ ਕਾਂਗਰਸ ਦੇਖੋ ਜਿਹੜੀ ਕਹਿੰਦੀ ਹੈ ਕਿ 2022 'ਚ ਕੈਪਟਨ ਪੋਸਟਰ ਲਾਤੇ, ਔਰ 2022 'ਚ ਕੈਪਟਨ ਤੁਸੀਂ ਤਾਂ ਵਜ਼ੀਫਾ ਖਾ ਗਏ। ਤੁਹਾਡਾ ਦਲਿਤ ਮੰਤਰੀ ਦਲਤਾਂ ਦਾ 80 ਕਰੋੜ ਖਾ ਗਿਆ, 1500 ਕਰੋੜ ਤੁਸੀਂ ਉਹਨਾਂ ਦਾ ਖਾਈ ਫਿਰਦੇ ਜੇ, ਜਿਹੜਾ ਉਹਨਾਂ ਦੇ ਤੁਸੀਂ ਦੇਣਾ ਸੀ ਪੈਸੇ, ਉਹਨਾਂ ਰੋਲ ਨੰਬਰ ਨਹੀਂ ਲੈ ਰਹੇ ਹੋ ਜੀ। ਸਿੱਧੂ ਸਾਹਿਬ ਹੈ ਹੁਣ 222 ਦੇ ਖਵਾਬ ਲੈ ਜਾਂਦੇ ਜੀ। ਸਿੱਧੂ ਸਾਹਿਬ, ਜਿਹੜਾ ਸਭ ਤੋਂ ਵੱਡਾ ਮਸਲਾ ਇਸ ਵਕਤ ਉਹ ਕਿਸਾਨਾਂ ਦਾ ਹੈ ਕਿ ਕਿਸਾਨਾਂ ਨੇ ਆਪਣਾ ਸਭ ਕੁਝ ਦਾਅ ਤੇ ਲਾ ਕੇ ਬੈਠੇ ਹੋਏ ਆ ਪਿਛਲੇ 7 ਮਹੀਨਿਆਂ ਤੋਂ। ਉਹਦੇ ਬਾਰੇ ਸਾਡੇ ਪੰਜਾਬ ਦੇ ਜਿਵੇਂ BJP ਦੇ ਲੀਡਰ ਨੇ ਜਿਆਣੀ ਸਾਹਿਬ ਅਤੇ ਗਰੇਵਾਲ ਸਾਹਿਬ, ਉਹਨਾਂ ਨੇ ਤਾਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਖਿਲਾਫ਼ ਬੋਲਣਾ ਸ਼ੁਰੂ ਕੀਤਾ ਹੈ, ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ? ਅਸੀਂ ਤਾਂ ਹੈ ਹੀ ਕਿਸਾਨ, ਸਾਡੀ ਤਾਂ ਪਾਰਟੀ ਕਿਸਾਨਾਂ ਦੇ ਕਿੱਤਿਆਂ ਦੀ, ਅਸੀਂ ਤਾਂ ਉਹਨਾਂ ਦੇ ਵਿੱਚੋਂ ਆਏ ਹਾਂ। ਅਸੀਂ ਤਾਂ ਉੱਥੇ ਵੀ ਧਰਨੇ ਤੇ ਵੀ ਜਾਂਦੇ ਹਾਂ। ਦੇਖੋ, ਮੈਨੂੰ ਤਾਂ ਸਪਾਈਨ ਦੀ ਪ੍ਰੋਬਲਮ ਸੀ, ਮੈਂ ਗਿਆ ਉੱਥੇ, ਮੈਂ 2 ਲੱਖ ਦੀਆਂ ਦਵਾਈਆਂ ਦੇ ਕੇ ਆਇਆ ਤਿਕੜੀ ਬਾਰਡਰ ਤੇ। ਉੱਥੇ ਆਪਣੇ ਡਾਕਟਰ ਸਵਾਏ ਮਾਨ ਸਿੰਘ ਆਏ ਹੋਏ ਨੇ USA ਤੋਂ, ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਕਿ ਕੈਪਟਨ ਸਾਹਿਬ ਸਾਨੂੰ ਦਵਾਈਆਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਤੇ ਜਿਹੜੀਆਂ ਮਿਲਦੀਆਂ ਬੜੀਆਂ ਮਹਿੰਗੀਆਂ ਮਿਲਦੀਆਂ। ਫਿਰ ਮੈਂ ਹੋਲਸੇਲਰ ਤੋਂ ਅੰਮ੍ਰਿਤਸਰ ਤੋਂ 25% ਹੋਰ ਰਿਡਿਊਸ ਕਰਾ ਕੇ ਪੂਰੀ ਗੱਡੀ ਭਰ ਕੇ ਉੱਥੇ ਦਵਾਈਆਂ ਦੀ ਦੇ ਕੇ ਆਇਆ। ਸਾਡੀ ਤਾਂ ਉੱਥੇ ਲਗਾ ਸੀ, ਅਸੀਂ ਆਪ ਕਿਸਾਨ ਜੀ, ਅਸੀਂ ਖੁਦ ਖੇਤੀ ਕਰਦੇ ਹਾਂ। ਇਹਨਾਂ ਨੇ ਗਰੇਵਾਲ ਨੇ ਔਰ ਜਿਆਣੀ ਨੇ ਜੋ ਸਟੈਂਡ ਲਿਆ ਹੋਇਆ, ਬਾਕੀ ਇਹਨਾਂ ਦੇ ਲੀਡਰਾਂ ਨੇ ਸਟੈਂਡ ਲਿਆ ਹੋਇਆ ਹੈ, ਇਹਦੀ ਕੀ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਕੀ ਰਾਜਨੀਤੀ ਹੋ ਸਕਦੀ ਹੈ? ਗਰੇਵਾਲ ਦੀ ਤਾਂ ਰਾਜਨੀਤੀ ਬੜੀ ਹੈ ਕਿ ਮੈਂ ਵੱਡਾ, ਜਿਵੇਂ ਗਿਆਨੀ ਜੈਲ ਸਿੰਘ ਸੀ, ਮੈਂ ਵੱਡਾ ਜਿੰਨਾ ਚਮਚਾ ਬਣਾਗਾ, ਚੱਪਲਾਂ ਚੁਕਾਂਗਾ, ਸ਼ਾਇਦ ਮੈਨੂੰ ਗਵਰਨਰ ਲਾ ਦੇਣਗੇ, MLA ਤਾਂ ਕਿਤੋਂ ਜਿੱਤ ਨਹੀਂ ਸਕਦਾ ਜੀ। ਰਾਜਨੀਤੀ ਇਹ ਹੈ ਕਿ ਮੈਂ ਸ਼ਾਇਦ ਜਿੰਨਾ ਜ਼ਿਆਦਾ ਭੌਂਕਾਂਗਾ ਤੇ ਮੈਨੂੰ ਸੱਦ ਕੇ ਕਹਿਣਗੇ ਇਹਨੂੰ ਬੜਾ ਖਤਰਾ ਹੈ, ਇਹਨੂੰ ਹੁਣ ਗਵਰਨਰ ਲਾ ਦਿਓ ਕਿਤੇ ਸੇਫ ਹੋ ਜਾਏਗਾ। ਤੇ ਜੈਨੀ ਦੀ ਜਿਹੜੀ ਪਾਲਿਸੀ ਹੈ, ਜੈਨੀ ਸਾਹਿਬ ਵੀ ਵੱਡਾ ਬਣਨਾ ਚਾਹੁੰਦੇ ਸੀ ਉਹਨਾਂ ਦੀਆਂ ਅੱਖਾਂ 'ਚ, ਤੇ ਜਦੋਂ ਆਪ ਹੀ ਡੁੱਬ ਗਏ ਨੇ ਉੱਥੇ। ਕਿਸਾਨ ਯੂਨੀਅਨ ਨੇ ਦੇਖੋ ਕਿਸਾਨਾਂ ਦੇ ਕਿੱਤਿਆਂ ਨੇ ਇੱਕ ਤਾਂ ਕੰਮ ਕਰਤਾ ਨਾ ਜੀ, ਜਿਹੜਾ ਕੋਈ ਨਹੀਂ ਸੀ ਕਰ ਸਕਦਾ, ਰਾਹੁਲ ਗਾਂਧੀ ਛੱਡ ਕੇ ਕੋਈ ਕਾਂਗਰਸ, ਕੋਈ ਓਪੋਜੀਸ਼ਨ, ਕੋਈ ਨਹੀਂ ਸੀ ਕਰ ਸਕਦਾ, ਇਹਨਾਂ ਨੇ ਮੋਦੀ ਦਾ ਡੋਬਤਾ ਨਾ। ਸਭ ਤੋਂ ਵੱਡੀ ਸਾਡੀ ਪ੍ਰਾਪਤੀ ਇਹ ਹੈ, ਦਿਲ ਤਾਂ ਅਸੀਂ 2024 'ਚ ਲੈ ਆਵਾਂਗੇ, ਵਾਪਸ ਕਰਾ ਲਾਂਗੇ ਜੀ, ਨਾ ਕਰੇ ਵਾਪਸ। ਸਿੱਧੂ ਸਾਹਿਬ, ਬਰਗਾੜੀ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਜਿਹੜਾ, ਉਹ ਆਪਣੇ ਆਪ ਦੇ ਵਿੱਚ ਇਸ ਚੋਣਾਂ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਨਾ ਹੈ। ਬਿਲਕੁਲ ਜੀ, ਕਿਉਂਕਿ ਜਿਹੜੇ ਪਾਰਟੀ, ਜਿਹੜੇ ਬੰਦੇ ਤਖਤ ਦਮਦਮਾ ਸਾਹਿਬ ਨੂੰ ਮੂੰਹ ਕਰਕੇ, ਜਿਨ੍ਹਾਂ ਨੇ ਇਹ ਸਾਰੀ ਸੰਗਤ ਨੂੰ ਇਹ ਵਾਅਦਾ ਕੀਤਾ ਸੀ ਕਿ ਮੈਂ 4 ਹਫ਼ਤਿਆਂ ਨਸ਼ਾ ਖਤਮ ਕਰਾਂਗਾ ਔਰ ਮੈਂ ਬਰਗਾੜੀ ਦਾ ਇਨਸਾਫ਼ ਤੁਹਾਨੂੰ ਦਵਾਵਾਂਗਾ ਜੀ, ਉਹ ਬੰਦਾ ਜਿਨ੍ਹਾਂ ਤੋਂ ਇਨਸਾਫ਼ ਦਵਾਉਣਾ ਸੀ ਉਹਨਾਂ ਦੇ ਨਾਲ ਹੀ ਮਿਲ ਕੇ ਚੱਲ ਰਿਹਾ, ਸਰਕਾਰ ਹੀ ਇਕੱਠੀ ਚੱਲ ਰਹੀ ਹੈ। ਮਤਲਬ ਸਾਨੂੰ ਤਾਂ ਬੇਵਕੂਫ ਬਣਾਤਾ। ਦੇਖੋ ਤੁਸੀਂ ਤਮਾਸ਼ਾ ਦੇਖੋ, ਇਹ ਸਮਝਦੇ ਹੁਣ, ਦੇਖੋ ਆਮ ਲੋਕਾਂ ਨੂੰ ਤਾਂ ਸਮਝ ਨਹੀਂ ਆਉਂਦੀ, ਜਦੋਂ ਇਲੈਕਸ਼ਨਾਂ ਆਈਆਂ ਤੇ ਬਾਦਲ ਦੇ ਖਿਲਾਫ ਅਮਰਿੰਦਰ ਸਿੰਘ ਜਾ ਕੇ ਖੜਾ ਹੋ ਗਿਆ ਜੀ, ਹਾਂਜੀ, ਤੇ ਖਹਿਰੇ ਨੂੰ ਹਰਸਿਮਰਤ ਦੇ ਖਿਲਾਫ਼ ਖੜਾ ਕਰਤਾ, ਤੇ ਜਿਹੜਾ ਬਿੱਟੂ ਹੈ ਉਹ ਜਾ ਕੇ ਉਹਦੇ ਖਿਲਾਫ਼ ਖੜਾ ਹੋ ਗਿਆ ਆਪਣੇ ਦੇ ਸੁਖਬੀਰ ਬਾਦਲ ਦੇ, ਸੁਖਬੀਰ ਬਾਦਲ ਦੇ। ਹਾਂ, ਤੇ ਇਹਦਾ ਮਤਲਬ ਕੀ ਹੈ? ਰਲ ਮਿਲ ਕੇ ਚੱਲ ਰਹੇ ਸੀ ਵੀ ਅਸੀਂ ਜਿਹੜੀਆਂ ਵੋਟਾਂ ਖਰਾਬ ਕਰਨੀਆਂ ਉਹ ਐਂਟੀ ਅਕਾਲੀ ਵੋਟਾਂ ਹੋਣਗੀਆਂ ਤੇ ਤੁਸੀਂ ਜਿੱਤ ਜਾਓਗੇ, ਤੇ ਉਹੀ ਗੱਲ ਹੋਈ ਜੀ, ਜਿੰਨੀਆਂ ਖਹਿਰੇ ਨੂੰ ਵੋਟਾਂ ਪਈਆਂ ਉਨੀਆਂ ਹੀ ਵੋਟਾਂ ਨਾਲ ਹਰਸਿਮਰਤ ਜਿੱਤ ਗਈ। ਦੇਖੋ ਜਿਹੜਾ ਮਹਾਰਾਜਾ ਵੋਟਿੰਗ ਲੈ ਗਿਆ ਉੱਥੇ ਤੇ ਬਾਦਲ ਜਿੱਤ ਗਿਆ, ਸਿੱਧੂ ਸਾਹਿਬ ਭਗਵੰਤ ਮਾਨ ਜਿਹੜਾ ਉਹ ਹਾਰ ਗਿਆ ਵਿਚਾਰਾ, ਬਿੱਟੂ ਲੈ ਗਿਆ 70-80 ਹਜ਼ਾਰ ਵੋਟ ਜੀ ਜੀ। ਅਗਰ ਸਿੱਧੂ ਉਹ ਸਾਹਿਬ, ਇਸ ਤਰ੍ਹਾਂ ਕਿ ਦੇਖੋ ਸਿੱਧੂ ਸਾਹਿਬ, ਪੰਜਾਬ ਦੇ ਵਿੱਚ ਇੱਕ ਵੱਡੀ ਸਮੱਸਿਆ ਵੀ ਇੱਥੋਂ ਦੀ ਆਮਦਨ ਸਰਕਾਰ ਜਿਹੜੀ ਆ ਉਹ ਕਿਵੇਂ ਵਧਾਵੇ, ਔਰ ਉਹਦੇ ਕਰਕੇ ਇਹਨਾਂ ਨੇ
ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਨਵੀਆਂ ਭਰਤੀਆਂ ਹੋ ਰਹੀਆਂ ਨੇ ਉਹਦੇ ਵਿੱਚ ਬੇਸਿਕ ਦੇ ਉੱਤੇ ਰੱਖ ਰਹੇ ਨੇ। ਕਈ ਕਈ ਸਾਲਾਂ ਤੋਂ ਟੀਚਰ ਹੈ ਉਹ ਵਿਚਾਰੇ ਧੱਕੇ ਖਾ ਰਹੇ ਨੇ। ਹੁਣ ਤੁਸੀਂ ਮੁਹਾਲੀ ਦੇ ਵਿੱਚ ਵੇਖਿਆ ਕੀ ਹਾਲਤ ਹੋਈ ਹੈ, ਔਰ ਕੈਪਟਨ ਸਾਹਿਬ ਉਹ ਕਿਸੇ ਨੂੰ ਮਿਲਦੇ ਨਹੀਂ ਹੈਗੇ, ਔਰ ਜਿੱਥੇ ਵੇਖੋ ਕਿਸਾਨਾਂ 'ਤੇ ਡੰਡੇ ਵੱਸਦੇ ਪਏ ਆ, ਟੀਚਰਾਂ 'ਤੇ ਵੱਸਦੇ ਪਏ ਆ, ਆਸ਼ਾ ਵਰਕਰ ਨੇ, ਆਂਗਨਵਾੜੀ ਵਰਕਰ ਨੇ, ਸਾਰੇ ਪਰੇਸ਼ਾਨ ਹੋਏ ਹੋਏ ਆ। ਤੁਸੀਂ ਜੇ ਆਉਂਦੇ ਹੋ ਸੱਤਾ ਦੇ ਵਿੱਚ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਰਟੀ ਲੈ ਕੇ ਆਏ ਹਾਂ ਔਰ ਅਸੀਂ ਆਵਾਂਗੇ, ਸਰਕਾਰ ਦੀ ਆਮਦਨ ਕਿਵੇਂ ਵਧਾਓਗੇ ਤੁਸੀਂ? ਤੁਹਾਨੂੰ ਪਹਿਲਾਂ ਹੀ ਦੱਸਿਆ 30-40 ਹਜ਼ਾਰ ਕਰੋੜ ਤਾਂ ਅਸੀਂ ਸ਼ਰਾਬ ਤੋਂ ਵਧਾ ਲੈਣੀ, ਸਰਕਾਰੀ ਠੇਕੇ ਕਰਾਂਗੇ ਅਸੀਂ, ਨਾਲੇ ਤਾਂ ਸ਼ਰਾਬ ਵਧੀਆ ਦੇਵਾਂਗੇ, ਨਾਲੇ 200 ਰੁਪਏ ਬੋਤਲ ਸਸਤੀ ਦੇਵਾਂਗੇ, ਨਾਲੇ ਫੈਕਟਰੀਆਂ ਚੋਂ ਪਹਿਲਾਂ ਸੈਂਪਲ ਭਰਨਗੇ ਤਾਂ ਲੋਟ ਸਾਡਾ ਬਾਹਰ ਆ ਸਕੇਗਾ। ਇਹ ਨਾ ਕੋਈ ਨਕਲੀ ਬਣਾ ਬਣਾ ਕੇ ਆਪਦੀਆਂ ਫੈਕਟਰੀਆਂ 'ਚ ਵੇਚੀ ਚਲੋ, 30-40 ਹਜ਼ਾਰ ਕਰੋੜ, 20 ਹਜ਼ਾਰ ਕਰੋੜ ਰੇਤਾ ਬਜਰੀ ਤੋਂ, 20 ਹਜ਼ਾਰ ਕਰੋੜ ਟਰਾਂਸਪੋਰਟ ਤੋਂ, 5-7 ਹਜ਼ਾਰ ਕਰੋੜ ਕੇਬਲ ਮਾਫੀਆ ਤੋਂ। ਅਸੀਂ ਇਹਨਾਂ ਤੋਂ ਜੋ ਇਹ ਖੱਟਦੇ ਕਮਾਉਂਦੇ ਨੇ ਇਹਨਾਂ ਤੋਂ 80 ਹਜ਼ਾਰ ਕਰੋੜ ਫਾਲਤੂ ਖੱਟਾਂਗੇ। ਦੂਜਾ ਸਾਡਾ ਬੜਾ ਸਿੰਪਲ ਹੈ, ਅਸੀਂ ਕਿਸਾਨੀ ਕਿਵੇਂ ਬਚਾਉਣੀ ਹੈ ਜੀ? ਅਗਰ ਅਡਾਨੀ ਤੇ ਅਬਾਨੀ ਆ ਕੇ ਇੱਥੇ ਮਾਲ ਖੋਲ ਸਕਦੇ ਆ ਔਰ ਉੱਥੋਂ ਨੌਕਰ ਰੱਖ ਕੇ 4-4 ਲੱਖ ਦੇ ਤੇ ਵੇਚ ਸਕਦੇ, ਤੇ ਅਸੀਂ ਰਿਟੇਲਿੰਗ ਕਿਉਂ ਨਹੀਂ ਕਰ ਸਕਦੇ? ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦੇ ਸਕਦੇ? ਮੈਂ ਇੱਥੇ ਮੋਦੀ ਖਾਨਾ ਰਿਟੇਲ ਦਾ ਖਰੜ ਦੇ ਵਿੱਚ ਖੋਲਿਆ ਹੋਇਆ, ਸਾਲ ਹੋ ਗਿਆ ਮੈਨੂੰ ਜੀ, 10 ਬੱਚਿਆਂ ਨੂੰ ਮੈਂ ਨੌਕਰੀ ਦਿੱਤੀ ਹੈ ਔਰ 20 ਰੁਪਏ ਕਿਲੋ ਦਾਲ ਸਸਤੀ ਦੇ ਰਹੇ ਹਾਂ, 30 ਰੁਪਏ ਕਿਲੋ ਬਾਸਮਤੀ ਰਾਈਸ ਸਸਤੇ ਦੇ ਰਹੇ ਹਾਂ, ਹਰ ਚੀਜ਼ 20-20 ਰੁਪਏ ਕਿਲੋ ਦਾ ਫਰਕ ਹੈ, ਫਿਰ ਵੀ ਅਸੀਂ 30-40 ਹਜ਼ਾਰ ਰੁਪਏ ਕਮਾ ਲੈਂਦੇ ਜੇ 20 ਹਜ਼ਾਰ ਕਰਾਇਆ, 25 ਹਜ਼ਾਰ ਕੱਢ ਕੇ 10 ਬੱਚਿਆਂ ਨੂੰ ਨੌਕਰੀ ਦੇ ਸਾਹ ਵੀ ਕੱਢ ਕੇ। ਸਿੱਧੂ ਸਾਹਿਬ, ਮਾਡਲ ਅਸੀਂ ਲਿਆਵਾਂਗੇ ਸਾਰੇ ਪੰਜਾਬ ਚ, ਜਿਹੜੇ ਤੁਹਾਨੂੰ ਸਬਜ਼ੀ ਦੇਖੋ, ਮੈਂ ਸਬਜ਼ੀ ਵੀ ਜਿਹਦੇ ਮੈਂ ਜਾਣਦਾ ਜੇ ਕਿਸਾਨ ਮੰਡੀ ਚ ਵੇਚਣ, ਜਸਟ ਟੂ ਟ੍ਰਾਇਲ, ਨਾ ਕਿ ਮੈਂ ਸਬਜ਼ੀ ਵੇਚਣ ਆਉਣਾ, ਮੈਂ ਟ੍ਰਾਇਲ ਕਰਕੇ ਲਾਈ ਤੇ ਜਦੋਂ ਅਸੀਂ ਜਾਂਦੇ ਹਾਂ ਉੱਥੇ ਤੇ ਅਸੀਂ 20 ਰੁਪਏ ਕਿਲੋ ਵੇਚ ਦਿੰਦੇ ਹਾਂ ਘੀਆ ਤੇ 20 ਰੁਪਏ ਕਿਲੋ ਕਾਲੀ ਤੋਰੀ, ਉਹ ਵੇਚ ਦੇਣ 40 ਰੁਪਏ, ਸਾਡਾ ਉਸ ਵੇਲੇ ਚੁੱਕ ਲੈ ਜਾਂਦੇ ਲੋਕ। ਸਿੱਧੂ ਸਾਹਿਬ, ਉਹਦੇ ਵਿੱਚ ਵੀ ਅਸੀਂ 5 ਰੁਪਏ ਕਮਾ ਰਹੇ ਜੇ ਜੀ। ਸਿੱਧੂ ਸਾਹਿਬ, ਇੱਕ ਸਵਾਲ ਆਖਰੀ ਹੈ ਕਿ ਜਦੋਂ ਵੀ ਪਾਰਟੀ ਚੋਣਾਂ ਦੇ ਵਿੱਚ ਕੋਈ ਵੀ ਜਾਂਦੀ ਹੈ, ਜੇ ਉਹ ਕਾਂਗਰਸ ਜਾ ਰਹੀ ਹੈ ਤਾਂ ਉਹ CM ਦੇ ਫੇਸ ਨਾਲ ਜਾ ਰਹੀ ਹੈ, BJP ਜਾਊਗੀ ਉਹ ਵੀ ਕਹਿੰਦੇ ਅਸੀਂ ਅਨਾਊਂਸ, ਉਹਨਾਂ ਨੇ ਕਹਿ ਹੀ ਦਿੱਤਾ ਕਿ ਅਸੀਂ CM ਜਿਹੜਾ ਉਹ ਦਲਿਤ ਚਿਹਰਾ ਬਣਾਵਾਂਗੇ। ਇਸੇ ਤਰ੍ਹਾਂ ਅਕਾਲੀ ਪਾਰਟੀ ਨੇ ਡਿਪਟੀ CM ਫਿਕਸ ਕਰਕੇ, CM ਤਾਂ ਪੱਕਾ ਹੋ ਗਿਆ ਕਿ ਜੇ ਅਕਾਲੀ ਪਾਰਟੀ ਆਉਂਦੀ ਹੈ ਤਾਂ ਸੁਖਬੀਰ ਬਾਦਲ ਬਣਗੇ। ਤੁਸੀਂ, ਕਿਉਂਕਿ ਸਾਰੇ ਲੋਕ ਲੀਡਰ ਭਾਲਦੇ ਕਿ ਲੀਡਰ ਕਿਹੜਾ, ਲੀਡ ਕੌਣ ਕਰੇਗਾ, ਸੋ ਤੁਹਾਡੀ ਪਾਰਟੀ CM ਦਾ ਚਿਹਰਾ ਅਨਾਊਂਸ ਕਰੇਗੀ ਜਾਂ ਬਾਅਦ ਦੇ ਵਿੱਚ ਕਰੇਗੀ? ਅਸੀਂ ਅਕਤੂਬਰ 'ਚ ਜਾ ਕੇ CM ਦਾ ਚਿਹਰਾ ਅਨਾਊਂਸ ਕਰਾਂਗੇ ਔਰ ਉਹ ਚਿਹਰਾ ਕਰਾਂਗੇ ਅਨਾਊਂਸ ਜਿਹੜਾ ਸਾਰੇ ਪੰਜਾਬ ਨੂੰ ਐਕਸੈਪਟੇਬਲ ਹੋਏਗਾ ਜੀ, ਜਿਹਦੇ 'ਚ ਇੱਕ ਵੀ ਕਿੰਤੂ ਪਰੰਤੂ ਹੋਏਗਾ, ਉਹਨੂੰ ਅਸੀਂ CM ਦਾ ਚਿਹਰਾ ਅਨਾਊਂਸ ਨਹੀਂ ਕਰਾਂਗੇ ਔਰ ਦਲਿਤਾਂ ਦਾ ਅਸੀਂ ਡਿਪਟੀ CM ਲਾਂਗੇ ਔਰ ਆਲਰੇਡੀ ਡਿਸਾਈਡਡ ਹੈ ਸਰ ਲੱਦਰ ਸਾਹਿਬ ਸਾਡੇ ਡਿਪਟੀ CM ਹੋਣਗੇ ਤੇ ਹਾਂਜੀ CM ਦਾ ਚਿਹਰਾ, ਇਟ ਵਿਲ ਟੇਕ ਸਮ ਟਾਈਮ, ਹੋ ਸਕਦਾ ਕੋਈ ਬਹੁਤ ਵਧੀਆ ਬੰਦੇ ਸਾਨੂੰ ਮਿਲ ਜਾਣ, ਬਹੁਤ ਐਕਸਪੀਰੀਅੰਸ ਵਾਲੇ ਮਿਲ ਜਾਣ। ਸਿੱਧੂ ਸਾਹਿਬ, ਤੁਹਾਡੇ ਕੋਲੇ ਉਹ CM ਦਾ ਚਿਹਰਾ ਇਸ ਵਕਤ ਪਾਰਟੀ 'ਚ ਹੈਗਾ ਹੈ ਜਾਂ ਕਿਸੇ ਹੋਰ ਪਾਰਟੀ 'ਚੋਂ ਤੁਸੀਂ ਉਹ ਇੰਪੋਰਟ ਕਰ ਰਹੇ ਹੋ? ਸਾਡੇ ਕੋਲ ਹੈਗਾ ਜੀ, ਅਸੀਂ ਕੋਈ ਇੰਪੋਰਟ ਨਹੀਂ ਕਰਨਾ ਭਾਈ, ਤੁਹਾਨੂੰ ਜੇ ਇੰਪੋਰਟ ਕਰਨਾ ਫਿਰ ਉਹਨਾਂ ਨੂੰ ਜਿਤਾ ਦੇਣੇ ਆ, ਫਿਰ ਸਾਡੀ ਕੀ ਜ਼ਰੂਰਤ ਹੈ? ਸੋ ਤੁਹਾਡੇ ਕੋਲੇ ਅੱਜ ਦੀ ਡੇਟ ਵਿੱਚ CM ਦਾ ਚਿਹਰਾ ਹੈਗਾ? ਹੈਗਾ ਜੀ, ਹੈਗਾ, ਅਕਤੂਬਰ 'ਚ ਅਨਾਊਂਸ ਕਰਾਂਗੇ। ਅਕਤੂਬਰ 'ਚ ਅਨਾਊਂਸ ਕਰੋਗੇ ਜੀ? ਸੋ ਸਿੱਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਿੱਧੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਅਕਤੂਬਰ ਦੇ ਵਿੱਚ CM ਦਾ ਚਿਹਰਾ ਅਨਾਊਂਸ ਕਰੇਗੀ ਕਿਰਤੀ ਕਿਸਾਨ ਸ਼ੇਰੇ ਪੰਜਾਬ ਵਿਕਾਸ ਪਾਰਟੀ, ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਡਿਪਟੀ CM ਉਹਨਾਂ ਦੇ ਮਿਸਟਰ ਲੱਦੜ ਹੋਣਗੇ ਜੋ IAS ਰਿਟਾਇਰਡ ਨੇ, ਸੀਨੀਅਰ ਪੋਸਟ ਤੋਂ ਰਿਟਾਇਰ ਹੋਏ ਆ। ਔਰ ਦੂਸਰੀ ਗੱਲ ਇਹ ਹੈ ਕਿ ਕਿਸੇ ਦੂਸਰੀ ਪਾਰਟੀ 'ਚੋਂ ਨਹੀਂ ਕੋਈ ਚਿਹਰਾ ਆਏਗਾ ਜਿਹਨੂੰ CM ਬਣਾਉਣਗੇ। ਕੋਈ ਵੀ MP ਜਾਂ ਸਿਟਿੰਗ MLA ਨੂੰ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੇ ਵਿੱਚ ਥਾਂ ਨਹੀਂ ਦਿੱਤੀ ਹੋਈ, ਲੇਕਿਨ ਦੂਸਰੀਆਂ ਕਈ ਪਾਰਟੀਆਂ ਦੇ ਲੀਡਰ ਵਰਕਰ ਇਹਨਾਂ ਦੇ ਨਾਲ ਇਨਟੱਚ ਨੇ, ਜਿਹੜੇ ਬਹੁਤ ਜਲਦੀ ਇਹ ਕਹਿੰਦੇ ਕਿ ਸਾਡੇ ਨਾਲ ਆ ਜਾਣਗੇ। ਸੋ ਪੰਜਾਬ ਦੇ ਲੋਕਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਰਾਜਨੀਤੀ ਕਿੱਧਰ ਜਾਣੀ ਹੈ, ਨਵੀਂ ਸਰਕਾਰ ਕਿਹੋ ਜਿਹੀ ਬਣਨੀ ਹੈ, ਤਿਆਰੀਆਂ ਹਰ ਪੱਧਰ 'ਤੇ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ, ਦੁਆ ਨਾਲ ਕਿ 22 ਦੇ ਵਿੱਚ ਉਹ ਸਰਕਾਰ ਆਵੇ ਜੋ ਲੋਕਾਂ ਦੀਆਂ ਆਸਾਂ 'ਤੇ ਪੂਰੀ ਉਤਰੇ, ਨਾ ਕਿਸੇ ਨੂੰ ਡੰਡੇ ਖਾਣ ਵਾਸਤੇ ਸੜਕਾਂ 'ਤੇ ਜਾਣਾ ਪਵੇ, ਰੁਜ਼ਗਾਰ ਲੈਣ ਵਾਸਤੇ ਧਰਨੇ ਸਲਫਾਸ ਨਾ ਖਾਣੀ ਪਵੇ, ਅਤੇ ਜਿਵੇਂ ਕਿਸਾਨ ਪਿਛਲੇ  6-7 ਮਹੀਨਿਆਂ ਤੋਂ ਖੱਜਲ ਖੁਆਰ ਹੋ ਰਹੇ ਨੇ, ਉਹਨਾਂ ਦੀ ਸਪੋਰਟ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਖੜ੍ਹੀ ਹੋਵੇ ਕਿ ਪੂਰੇ ਹਿੰਦੁਸਤਾਨ ਦੇ ਕਿਸਾਨ ਦੀ ਜੋ ਇਸ ਵਕਤ ਸਥਿਤੀ ਬਣੀ ਹੈ ਉਹਨੂੰ ਪੈਰਾਂ ਸਿਰ ਲਿਆਉਣ ਵਾਸਤੇ ਜੋ ਪੰਜਾਬ ਦੇ ਕਿਸਾਨ ਨੇ ਸ਼ੁਰੂਆਤ ਕੀਤੀ ਹੈ, ਉਹਦਾ ਝੰਡਾ ਉਹਦੇ ਹੱਥ ਵਿੱਚ ਰਹੇ, ਇਸ ਆਸ ਨਾਲ ਕਿ ਕਿਸੇ ਨਵੇਂ
असी युग वल वधीए और पंजाब दे विच जिन्नियां भी हुण तक समस्यावां ने बहुत समस्यावां ने जे गिण लगीए शायद सानू पोटियां तों तां बहुत ज़्यादा वध जाणगियां उहनां तों निजात लैण लई लोकां दी मनां दे विच इक आस है कि कुछ नवां साडे सामने आवेगा। सिद्धू साहब तुसीं साडे नाल गलबात कीती ग्लोबल पंजाब टीवी वल्लों तुहाडा बहुत बहुत शुक्रिया। साडियां शुभशावां ने कि तुसीं लोकां दीआं दुआवां ते लोकां दीआं आसां दे उत्ते www.globalpunjabtv.com